ਫਿਰੋਜ਼ਪੁਰ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ, ਜਿਸ ਵਿੱਚ ਔਰਤਾਂ ਨੇ ਕੇਂਦਰ ਸਰਕਾਰ ਦੀ ਅਰਥੀ ਨੂੰ ਮੋਢੇ ਤੇ ਚੁੱਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਕਿਸਾਨਾਂ ਦਾ ਸੰਘਰਸ਼ ਨਿਰੰਤਰ ਜਾਰੀ ਹੈ ਅਤੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਧਰਨੇ ਦੇ ਕੇ ਬੈਠੇ ਹਨ। ਪਿਛਲੇ ਪਾਸੇ ਬੈਠੀਆਂ ਔਰਤਾਂ ਵੀ ਰੋਸ ਵਿਖਾ ਰਹੀਆਂ ਹਨ। ਫਿਰੋਜ਼ਪੁਰ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਤਰਫੋਂ ਇਸ ਨੂੰ ਮਹਿਲਾ ਕਿਸਾਨ ਦਿਵਸ ਵਜੋਂ ਮਨਾਇਆ ਗਿਆ, ਜਿਸ ਵਿੱਚ ਔਰਤਾਂ ਨੇ ਸਰਾਗੜੀ ਗੁਰਦੁਆਰਾ ਸਾਹਿਬ ਤੋਂ ਇੱਕ ਰੋਸ ਮਾਰਚ ਕੱਢਿਆ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਨੈਸ਼ਨਲ ਹਾਈਵੇ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਪ੍ਰਧਾਨ ਫਿਰੋਜ਼ਪੁਰ ਬੋਲ ਰਿਹਾ ਜੀ। ਅੱਜ ਜਿਹੜਾ ਅਸੀਂ ਕਿਸਾਨ ਮਹਿਲਾ ਦਿਵਸ ਮਨਾ ਰਹੇ ਹਾਂ ਫਿਰੋਜ਼ਪੁਰ ਵਿਖੇ, ਫਿਰੋਜ਼ਪੁਰ ਡੀਸੀ ਦਫ਼ਤਰ ਦੇ ਜਿਹੜਾ ਮੇਨ ਹਾਈਵੇ ਲੰਘਦਾ ਉਸ ਨੂੰ ਘੇਰ ਕੇ ਜਾਮ ਕਰਕੇ ਮੋਦੀ ਸਰਕਾਰ ਦਾ ਜੇ ਪੁਤਲਾ ਫੂਕਿਆ ਗਿਆ ਅਤੇ ਜਿਹੜਾ ਸਰਕਾਰਾਂ ਵਾਰ ਵਾਰ ਜਿਹੜੀਆਂ NIA ਨੋਟਿਸ ਦੇ ਰਹੀ ਹੈ ਕਿਸਾਨਾਂ ਨੂੰ, ਸਾਡੀਆਂ ਸੰਪਰਦਾਵਾਂ ਨੂੰ, ਜਾਂ ਜਿਹੜੇ ਹੋਰ ਜਿਹੜੇ ਉੱਥੇ ਮੋਰਚਾ ਲਾ ਕੇ ਬੈਠੇ ਨੇ ਉਹਨਾਂ ਨੂੰ ਦੇ ਰਹੀ ਆ NIA ਨੋਟਿਸ ਦੇ ਰਹੀ ਹੈ, ਉਹ ਜਿਹੜੇ ਬਹੁਤ ਹੀ ਮਾੜਾ ਕੰਮ ਕਰ ਰਹੀ ਆ ਅਤੇ ਨਾ ਹੀ ਅਸੀਂ ਉਹਨਾਂ ਤੋਂ ਡਰਨ ਵਾਲੇ ਹਾਂ ਅਤੇ ਨਾ ਹੀ ਅਸੀਂ ਡਰਾਂਗੇ, ਕਿਉਂਕਿ ਅਸੀਂ ਜਿਹੜਾ ਜੇਲ੍ਹ ਭਰੋ ਅੰਦੋਲਨ ਵੀ ਵੇਖ ਚੁੱਕੇ ਹਾਂ। ਅਸੀਂ ਖੁਦ ਆਪ ਆਖਿਆ ਸੀ ਕਿ ਸਾਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਡੱਕੋ ਅਤੇ ਜਿਹੜਾ ਸਰਕਾਰ ਨੇ ਸਾਨੂੰ ਉਸ ਵਕਤ ਜਿਹੜਾ ਕਿਉਂ ਨਹੀਂ ਗ੍ਰਿਫਤਾਰ ਕੀਤਾ, ਅਤੇ ਅਸੀਂ ਜਿੰਨਾ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਘਰਾਂ ਦੇ ਵਿੱਚ ਨਹੀਂ ਪਵਾਂਗੇ। ਸਾਡੇ ਨਾਲ ਜਿਹੜੀਆਂ ਸਾਡੀਆਂ ਮਾਤਾਵਾਂ ਨੇ ਹੁਣ ਉਹ ਵੀ ਤੁਰ ਪਈਆਂ ਨੇ ਘਰਾਂ ਦੇ ਵਿੱਚੋਂ ਨਿਕਲ ਚੁੱਕੀਆਂ ਨੇ, ਜਿਹੜੀਆਂ ਉਹ ਸਾਨੂੰ ਆਪਣੇ ਘਰਾਂ ਦੇ ਵਿੱਚ ਜਦੋਂ ਜਾਈਦਾ ਸੀ ਤਾਂ ਸਾਨੂੰ ਉਹ ਕਹਿੰਦੀਆਂ ਸੀਗੀਆਂ ਤੁਸੀਂ ਸਾਨੂੰ ਨਾਲ ਲੈ ਕੇ ਚੱਲੋ, ਅਤੇ ਅੱਜ ਜਿਹੜੀਆਂ ਕਿਸਾਨ ਮਹਿਲਾ ਦਿਵਸ 'ਤੇ ਉਹ ਵੀ ਆਈਆਂ ਨੇ, ਸਾਡੇ ਨਾਲ ਬੱਚੇ ਆਏ ਨੇ, ਬਜ਼ੁਰਗ ਆਏ ਨੇ, ਅਤੇ ਵਾਰ ਵਾਰ ਜਿਹੜਾ ਮੋਦੀ ਸਰਕਾਰ ਕਿਸਾਨਾਂ ਨੂੰ ਟਾਈਮ ਦੇ ਕੇ ਟਾਈਮ ਵੇਸਟ ਕਰ ਰਹੀ ਆ, ਅਤੇ ਉਹ ਅਸੀਂ ਬੇਨਤੀ ਕਰਦੇ ਹਾਂ ਕਿ ਵਾਰ ਵਾਰ ਜਿਹੜਾ ਟਾਈਮ ਨਾ ਦਿੱਤਾ ਜਾਵੇ ਅਤੇ ਮੋਦੀ ਸਰਕਾਰ ਛੇਤੀ ਤੋਂ ਛੇਤੀ ਜਿਹੜੇ ਕਾਨੂੰਨ ਆ ਜਿਹੜੇ ਉਹ ਰੱਦ ਕੀਤੇ ਜਾਣ, ਤਾਂ ਕਿ ਜਿਹੜੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ ਹਰ ਰੋਜ਼ ਸ਼ਹੀਦ ਹੋ ਰਹੇ ਨੇ ਉਹ ਆਪਣੇ ਘਰਾਂ ਦੇ ਵਿੱਚ ਆਉਣ ਅਤੇ ਆਪਣੇ ਜਿਹੜਾ ਕਮਰਿਆਂ ਦੇ ਵਿੱਚ ਘਰਾਂ ਦੇ ਵਿੱਚ ਰਹਿਣ, ਆਪਣੇ ਬੱਚਿਆਂ ਦੇ ਆਪਣੇ ਪਰਿਵਾਰਾਂ ਦੇ ਨਾਲ ਰਹਿਣ। ਕਿ ਅਸਾਨੂੰ 6 ਮਹੀਨੇ ਹੋ ਗਏ ਨੇ ਸਾਡੇ ਵੀਰ ਕਿਸਾਨਾਂ ਨੂੰ ਸੰਘਰਸ਼ ਲੜਦਿਆਂ ਨੂੰ, ਪਰ ਮੋਦੀ ਸਰਕਾਰ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ। ਅਸੀਂ ਚਾਹੁੰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ, ਸਾਨੂੰ ਜਿਹੜੇ ਕਾਨੂੰਨ ਕੀਤੇ ਪਾਸ ਇਹਨੂੰ ਵਾਪਸ ਲੈ ਜਾਣ, ਅਤੇ ਭਰਾਵਾਂ ਨੂੰ ਵੇਂਦਿਆਂ ਆ ਛੋਟੇ ਛੋਟੇ ਬੱਚੇ ਹੈ ਜਿਹੜੇ ਘਰ ਵੀ ਹੈ, ਅਤੇ ਸਾਡੇ ਵੀਰ ਸਾਰੇ ਪਰਿਵਾਰ ਉੱਥੇ ਦਿੱਲੀ ਜਾ ਕੇ ਬੈਠੇ ਹੋਏ ਨੇ। ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਵੀ ਮੰਗਾਂ ਹੈ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ, ਅਤੇ ਇਹ ਵੀਰ ਭਰਾ ਜਿਹੜੇ ਠੰਡ ਵਿੱਚ ਬੈਠੇ ਨੇ ਇਹ ਨਾ ਸਮਝੇ ਮੋਦੀ ਕਿ ਅਸੀਂ ਮਤਲਬ ਕਿ ਦੂਜਾ ਇਹ ਸਾਡੇ ਕਿਸਾਨ ਡਰ ਜਾਣਗੇ, ਪਰ ਇਹ ਡਰਨ ਵਾਲੇ ਨੇ, ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ ਅਤੇ ਇਹਨੂੰ ਅਸੀਂ ਡੱਟ ਕੇ ਲੜਾਂਗੇ, ਅਤੇ ਇਸ ਸੰਘਰਸ਼ ਦੀ ਇਹੀ ਮੰਗ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਕਾਨੂੰਨ ਨੇ ਇਹ ਸਾਨੂੰ ਦਿੱਤੇ ਜਾਣ, ਅਤੇ ਜੋ ਵੀ ਹੈ ਕਿ ਇਹ ਕਹਿੰਦੇ ਨੇ ਕਿ ਦੂਜਾ ਇਹ ਜੱਟ ਲੋਕ ਸਾਡੇ ਡਰ ਜਾਣਗੇ, ਪਰ ਇਹ ਡਰਨ ਵਾਲੇ ਨਹੀਂ ਹੈਗੇ, ਇਹਨਾਂ ਨੂੰ ਬਹੁਤ ਹੌਸਲਾ ਇਹਨਾਂ ਦੇ ਵਿੱਚ। ਤੁਸੀਂ ਕਿਵੇਂ ਦੇਖਦੇ ਹੋ, ਕਿਹਾ ਜਾਂਦਾ ਕਿ ਇਹ ਕਿਸਾਨ ਨਹੀਂ ਹੈਗੇ, ਪੋਲੀਟੀਕਲ ਪਾਰਟੀਆਂ ਨੇ ਖੜੇ ਕੀਤੇ ਹੋਏ ਨੇ? ਇਹ ਤਾਂ ਉਹਨਾਂ ਦੀ ਗਲਤ ਸੋਚ ਹੈ ਕਿ ਸ਼ਾਇਦ ਸੋਚਦੇ ਹੋਣਗੇ ਕਿ ਇਹ ਅੱਤਵਾਦੀ ਹੈ ਫਲਾਣਾ ਟਮਕਾਣਾ, ਪਰ ਇਹੋ ਜਿਹੀ ਸੋਚ ਨਹੀਂ ਹੈਗੀ ਗੀ, ਕਿਉਂਕਿ ਦੂਜਾ ਕਿਸਾਨ ਹੈ, ਅਸੀਂ ਕਿਸਾਨ ਹਾਂ, ਅਸੀਂ ਕਿਸਾਨਾਂ ਦੀ ਤਰ੍ਹਾਂ ਹੀ ਮੰਗ ਕਰਦੇ ਹਾਂ। ਸਾਨੂੰ ਬਹੁਤਾ ਰੋਲਾ ਗੋਲਾ ਤਾਂ ਪਾਉਣਾ ਨਹੀਂ ਆਉਂਦਾ, ਜੇ ਅਸੀਂ ਆਪਦੀ ਆਈ ਤਾਂ ਆ ਵੀ ਗਏ ਤਾਂ ਸਾਨੂੰ ਕਦਮ ਚੁੱਕਣੇ ਵੀ ਪੈਣਗੇ, ਪਰ ਅਸੀਂ ਚੁੱਕਾਂਗੇ ਵੀ, ਅਤੇ ਆਪਦਾ ਡਟ ਕੇ ਮੁਕਾਬਲਾ ਕਰਾਂਗੇ ਸਾਰਿਆਂ ਦੇ ਨਾਲ, ਅਤੇ ਆਪਦਾ ਹੱਕ ਲੈ ਕੇ ਹੀ ਵਾਪਸ ਮੁੜਾਂਗੇ। ਅੱਜ ਕੀ ਮਨਾਇਆ ਗਿਆ ਮਹਿਲਾ ਕਿਸਾਨ? ਹਾਂਜੀ, ਮਨਾਇਆ ਗਿਆ ਹੈ, ਮੋਦੀ ਨੂੰ ਸਾੜਿਆ ਗਿਆ, ਉਹਦਾ ਪਿਟਣਾ ਕੀਤਾ ਗਿਆ ਹੈ, ਅਤੇ ਇਹ ਹੁਣ ਜਿਵੇਂ ਮੋਦੀ ਦੇ ਅੱਜ ਹਾਲ ਹੋਏ ਪੈਣੇ, ਜੇ ਇਹ ਸਰਕਾਰ ਦੇ ਨਾਲ ਆਪਾਂ ਮੱਥਾ ਲਾਈ ਖੜੇ ਹਾਂ, ਇਹ ਨਾ ਸੋਚੇ ਕਿ ਇਹ ਕਿਉਂ ਲਾਈ ਖੜੇ, ਅੱਜ ਜੋ ਹਾਲ ਅਸੀਂ ਮੋਦੀ ਦਾ ਇੱਥੇ ਕੀਤਾ ਉਹ ਸ਼ਾਇਦ ਉਹਦੇ ਨਾਲ ਆਪਦੇ ਨਾਲ ਵੀ ਹੋ ਸਕਦਾ ਹੈ। ਜੀ, ਅੱਜ ਅਸੀਂ ਮਹਿਲਾ ਦਿਵਸ ਮਨਾਇਆ ਅਤੇ ਮੋਦੀ ਦਾ ਪੁਤਲਾ ਫੂਕਿਆ ਗਿਆ। ਅਸੀਂ ਰੋਸ ਹੀ ਕਰ ਰਹੇ ਹਾਂ ਸਰਕਾਰ 'ਤੇ ਵੀ ਜਿਹੜੇ 3 ਕਾਲੇ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ, ਕਿਉਂਕਿ ਜੇ ਸਰਕਾਰ ਨੇ ਸਾਡੇ ਫਾਇਦੇ ਵਾਸਤੇ ਬਣਾਇਆ ਜੀ ਤਾਂ ਸਾਨੂੰ ਉਹ ਚੀਜ਼ ਚਾਹੀਦੀ ਨਹੀਂ, ਅਤੇ ਅਸੀਂ ਵੀ ਉਸ ਦੇਸ਼ ਦੇ ਭਾਰਤ ਦੇਸ਼ ਦੇ ਨਾਗਰਿਕ ਹਾਂ, ਅਸੀਂ ਆਮ ਕਿਸਾਨ ਹਾਂ, ਕਿਸੇ ਪਾਰਟੀ ਨਾਲ ਨਹੀਂ ਸਾਡਾ ਕੋਈ ਸੰਬੰਧ ਹੈਗਾ। ਅਸੀਂ ਕਹਿੰਦੇ ਹਾਂ ਵੀ ਇਹ ਸਾਰੇ 3 ਕਾਨੂੰਨ ਰੱਦ ਕੀਤੇ ਜਾਣ, ਸਾਡੇ ਜਿਹੜੇ ਵੀਰ ਸੜਕਾਂ 'ਤੇ ਰੁਲ ਰਹੇ ਨੇ, ਬੱਚੇ ਬਜ਼ੁਰਗ ਸਾਰੇ ਔਰਤਾਂ ਵੀ ਉੱਥੇ ਗਈਆਂ, ਆਪੋ ਆਪਣੇ ਘਰੇ ਘਰੇ ਹੁਣ ਦੇਸ਼ ਵਿੱਚ ਸ਼ਾਂਤੀ ਬਣੀ ਰਹੇ, ਅਤੇ ਕੋਈ ਐਵੇਂ ਦਾ ਜਦੋਂ ਸਾਨੂੰ ਚੀਜ਼ ਚਾਹੀਦੀ ਨਹੀਂ ਅਤੇ ਉਹ ਸਾਨੂੰ ਕਿਉਂ ਬਦੋ ਬਦੀ ਸਾਡੇ 'ਤੇ ਥੋਪੀ ਜਾ ਰਹੀ ਹੈ। ਇਸ ਕਰਕੇ ਅਸੀਂ ਇਹੀ ਚਾਹੁੰਦੇ ਵੀ 3 ਕਾਨੂੰਨ ਰੱਦ ਕੀਤੇ ਜਾਣ, ਅਤੇ ਵਧੀਆ ਤਰੀਕੇ ਨਾਲ ਕਿਸਾਨ ਆਪਦੇ ਖੁਸ਼ੀ ਖੁਸ਼ੀ ਘਰ ਆਉਣ। ਇੰਨੀਆਂ ਮੌਤਾਂ ਹੋ ਗਈਆਂ, ਕਈਆਂ ਦੇ ਇੱਕ ਇੱਕ ਬੱਚਾ ਸੀ ਉਹਨਾਂ ਦੀ ਡੈਥ ਹੋ ਗਈ, ਘਰ ਹੀ ਬਰਬਾਦ ਹੋ ਗਏ, ਅਤੇ ਇਸ ਵਾਸਤੇ ਬਹੁਤ ਦੁੱਖ ਹੁੰਦਾ ਹੈ। ਉਕਤ ਕਿਸਾਨ ਆਗੂ ਅਤੇ ਔਰਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਨਿਊਜ਼ ਡੈਸਕ ਤੋਂ ਮੋਨਿਕਾ ਦੇ ਨਾਲ ਸੰਨੀ ਚੋਪੜਾ, ਵੌਇਸ ਆਫ ਪੰਜਾਬ, ਫਿਰੋਜ਼ਪੁਰ। ਵਧੇਰੇ ਖਬਰਾਂ ਲਈ ਸਾਡੇ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।